ਉਹਨ ਸਪਰੈਡ ਤੋਂ ਬਾਅਦ ਜਿਹੜਾ ਸੈਕੰਡ ਸਾਈਜ਼ ਆ ਸਾਡੇ ਕੋਲ ਇਹ ਹੁੰਦਾ ਕਿ ਜਦੋਂ ਅਸੀਂ ਟ੍ਰੇਡ ਖੋਲਦੇ ਹਾਂ ਜਦੋਂ ਕੋਈ ਵੀ ਟ੍ਰੇਡ ਟੇਕ ਪਲੇਸ ਹੁੰਦਾ ਹੈ ਉਹਦੇ ਵਿੱਚ ਜਿਹੜਾ ਸਾਈਜ਼ ਹੁੰਦਾ ਉਸ ਟ੍ਰੇਡ ਦਾ ਉਹ ਕੀ ਡਿਫਾਈਨ ਕਰਦਾ ਸੋ ਆਪ ਤੁਸੀਂ ਇਹ ਤਾਂ ਦੇਖ ਲਿਆ ਕਿ ਜੇ ਮੈਂ 100 ਡਾਲਰ ਪਾਉਣਾ ਮੈਨੂੰ 2000 ਡਾਲਰ ਦਾ ਟ੍ਰੇਡ ਕਰਨ ਦੀ ਪਾਵਰ ਮਿਲਦੀ ਹੈ ਜੇ ਮੈਂ 1000 ਡਾਲਰ ਪਾਉਣਾ ਤਾਂ ਮੈਨੂੰ 2 ਲੱਖ ਡਾਲਰ ਟ੍ਰੇਡ ਕਰਨ ਦੀ ਪਾਵਰ ਮਿਲਦੀ ਹੈ ਪਰ ਜਦੋਂ ਤੁਸੀਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਟ੍ਰੇਡਿੰਗ ਦੇ ਵਿੱਚ ਉੱਥੇ ਸਾਈਜ਼ ਹੁੰਦਾ 1 ਲਾਟ ਉਹਨੂੰ ਚੇਂਜ ਕਰਕੇ ਤੁਸੀਂ 0.50 ਕਰ ਸਕਦੇ ਹੋ ਜਾਂ 0.10 ਕਰ ਸਕਦੇ ਹੋ ਜਾਂ 0.01 ਕਰ ਸਕਦੇ ਆ ਸੋ ਜਦੋਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਡੇ ਕੋਲ ਇਦਾਂ ਦਾ ਬ੍ਰੋਕਰ ਹੋਣਾ ਚਾਹੀਦਾ ਜਿਹੜਾ ਬ੍ਰੋਕਰ ਤੁਹਾਨੂੰ ਮਾਈਕਰੋ ਲੋਟ ਦੇ ਵਿੱਚ ট্রেਡਿੰਗ ਕਰਨ ਦੀ ਪਾਵਰ ਦਿੰਦਾ ਹੈ। ਦ ਰੀਜ਼ਨ ਮੈਂ ਹੁਣ ਤੁਹਾਨੂੰ ਐਕਸਪਲੇਨ ਕਰਦਾ ਮੈਂ ਕਿਉਂ ਕਹਿੰਦਾ ਹੁੰਦਾ ਇਹ ਚੀਜ਼ ਨੂੰ। ਸੋ ਜਨਰਲ ਰੂਲ ਜਿਹੜਾ ਆ ਬਹੁਤ ਸਾਰੀਆਂ ਸਾਰੀਆਂ ਕਰੰਸੀਆਂ ਜਿਹੜੀਆਂ ਆ ਕੋਈ ਇੱਕ ਲੋਟ ਸਾਈਜ਼ ਦੇ ਵਿੱਚ ਟ੍ਰੇਡ ਕਰਦਿਆਂ ਸੋ ਜਿਹਨੂੰ ਆਪਾਂ ਕਹਿੰਦੇ ਆ ਸਾਈਜ਼ ਆਫ ਦਾ ਟ੍ਰੇਡ ਲੋਟ ਉਹਨੂੰ ਸਾਦੇ ਆਸੀਂ ਕਿ ਇੱਕ ਲੋਟ ਦੋ ਲੋਟ ਪੰਜ ਲੋਟ ਦਾ ਟ੍ਰੇਡ ਆਇਆ ਜਾਂ ਨਹੀਂ ਲਾਇਆ ਤੇ ਮੈਂ ਹੁਣ ਕਿਉਂ ਤੁਹਾਨੂੰ ਇੱਕ ਹੋਰ ਚੀਜ਼ ਦੱਸੂਗਾ ਕਿ ਕਿੱਦਾਂ ਬਹੁਤ ਸਾਰੇ ਲੋਕੀ ਜਿਹੜੇ ਤੁਹਾਨੂੰ ਬਹੁਤ ਸਾਰੇ ਰਿਜ਼ਲਟ ਦਿਹਾਉਂਦੇ ਆ ਇੰਟਰਨੈਟ ਦੇ ਉੱਤੇ ਕਿ ਮੈਂ 10 ਡਾਲਰ ਦਾ ਟ੍ਰੇਡ ਕੀਤਾ 10 ਲੋਟ ਦਾ ਟ੍ਰੇਡ ਕੀਤਾ 50 ਲੋਟ ਦਾ ਟ੍ਰੇਡ ਕੀਤਾ ਕਿਉਂ ਫਰਾਡ ਹੁੰਦੇ ਮੋਸਟ ਆਫ 99% ਆਫ ਦਾ ਟਾਈਮ ਜਿਹੜੇ ਤੁਹਾਨੂੰ ਬ੍ਰੋਕਰ ਦਿਹਾਉਂਦੇ ਆ ਜਿਹੜੇ ਆ ਸੋਸ਼ਲ ਮੀਡੀਆ ਇਨਫਲੂਐਂਸਰ ਹੁੰਦੇ ਆ ਤੁਹਾਨੂੰ ਅਕਾਊਂਟ ਦਵਾਉਂਦੇ ਆ ਉਹਨਾਂ ਵੀ ਦਾਦਾ BB ਲੋਟਰੀ ট্রেਡਿੰਗ ਕੀਤੀ ਹੁੰਦੀ ਆ ਕਿਉਂ ਫਰਾਡ ਕਿਉਂ ਹੁੰਦਾ ਆ ਕਿਉਂ ਕਿਦਾਂ ਤੁਸੀਂ ਉਹਨੂੰ ਗੈਸ ਕਰ ਸਕਦੇ ਏ ਇਸ ਚੀਜ਼ ਨੂੰ ਇਹ ਗਿਊਲ ਕਰ ਦਿਸ ਪਾਵਰ ਨਾਉ ਫੋਰ ਐਗਜ਼ਾਮਪਲ ਜਦੋਂ ਆਪਾਂ ਇੱਕ ਲੋਟ ਦੀ ট্রেਡਿੰਗ ਕਰਦੇ ਆ ਠੀਕ ਆ ਜਦੋਂ ਵੀ ਆਪਾਂ ਟਰੇਡ ਓਪਨ ਕਰਨਾ ਹੈ ਮੈਟਾਟ੍ਰੇਡਰ 5 ਜਾਂ ਕੋਈ ਵੀ ਹੋਰ ਟ੍ਰੇਡਿੰਗ ਪਲੇਟਫਾਰਮ ਯੂਜ਼ ਕਰਦੇ ਆ ਆਪਾਂ ਯੂਰੋ ਯੂਐਸਡੀ ਦਾ ਟਰੇਡ ਕਰਨ ਲੱਗੇ ਆ ਅਸੀਂ ਉਹਦਾ ਸਾਈਜ਼ ਰੱਖਿਆ ਇੱਕ ਇੱਕ ਲੋਟ ਸੌਰੀ ਬੋਧ ਚਰ ਹੋ ਗਿਆ ਮੈਨੂੰ ਬੋਲੇ ਨੂੰ ਇੰਨਾ ਸੋ ਦੈਟਸ ਵਾਈ ਆਮ ਕੀਪ ਗੈਟਿੰਗ ਦਿਸ ਕਨਸਟੈਂਟ ਕਫ ਅਦਰਵਾਈਜ਼ ਆ ਵਾਸ ਓਕੇ ਟਿਲ ਯਸਟਰਡੇ ਕਾਲਾ ਲੋੜ ਹੀ ਮਨਾਈ ਆ ਮੂਵਲੀ ਬਹੁਤ ਖਾਦੀ ਹੋਈ ਆ ਸੋ ਦੈਸਟ ਅਨਦਰ ਪ੍ਰੋਬਲਮ ਐਸ ਵੋ ਸੋ ਜਦੋਂ ਅਸੀਂ ਟ੍ਰੇਡ ਪਲੇਸ ਕਰਦੇ ਆ ਯੂਰੋ ਯੂਐਸਟੀ ਇੱਕ ਲੋਟ ਟ੍ਰੇਡ ਪਲੇਸ ਕਰ ਰਹੇ ਆ ਉਹਦਾ ਮਤਲਬ ਇਹ ਹੁੰਦਾ ਆ ਕਿ ਇੱਕ ਲੋਟ ਦਾ ਟ੍ਰੇਡ ਜਿਹੜਾ ਆ 1 ਲੱਖ ਯੂਰੋ ਹੁੰਦਾ ਆ ਠੀਕ ਹੈ ਸੋ ਜੇ ਤੁਸੀਂ 100 ਡਾਲਰ ਪਾਇਆ ਆ ਤੁਸੀਂ ਉਹਦੇ ਚ 1 ਲੱਖ ਯੂਰੋ ਦਾ ਟ੍ਰੇਡ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਜਿਹੜਾ ਟ੍ਰੇਡ ਸਾਈਜ਼ ਆ ਉਹ ਸਿਰਫ 20000 ਮੈਕਸਿਮਮ ਆ ਸੋ ਇੱਥੇ ਲੱਖ ਚਾਹੀਦਾ ਸੋ ਉਹਦੇ ਲਈ ਤੁਹਾਨੂੰ 1000 ਡਾਲਰ ਸੋ ਇਥੋਂ ਪਰ ਲੱਗੂਗਾ ਤੁਹਾਨੂੰ ਕਿਉਂ ਤੁਹਾਡਾ ਜਿਹੜਾ ਡਿਪੋਜ਼ਿਟ ਆ ਮੈਟਰ ਕਰਦਾ ਆ ਸੋ ਜਦੋਂ ਤੁਹਾਡਾ 1000 ਡਾਲਰ ਪਾਇਆ ਉਹਨੂੰ ਨਾਲ ਸਾਨੂੰ 2 ਲੱਖ ਡਾਲਰ ਦੀ ਪਾਵਰ ਮਿਲਦੀ ਆ ਸੋ ਤੁਸੀਂ ਆਹ ਟ੍ਰੇਡ ਕਰ ਸਕਦੇ ਆ ਸੋ ਥਿਸ ਇਸ ਹਾਊ ਯੂ ਥਿੰਕ ਜਦੋਂ ਤੁਸੀਂ ਯੂਰੋ ਯੂਐਸਡੀ ਦਾ ਇੱਕ ਲੋਟ ਦਾ ਟ੍ਰੇਡ ਕਰਨਾ ਹੈ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ 1 ਲੱਖ ਯੂਰੋ ਦੇ ਨਾਲ ਕਿੰਨੇ ਪਾਉਂਡ ਖਰੀਦ ਰਹੇ ਹਾਂ ਐਕਸ ਨੰਬਰ ਆਫ ਪਾਉਂਡ ਡਿਪੈਂਡ ਕਰਦਾ ਐਕਸਚੇਂਜ ਰੇਟ ਦੇ ਉੱਤੇ ਸੋ ਜੇ 1 ਡਾਲਰ 1 ਯੂਰੋ ਦਾ ਐਕਸਚੇਂਜ ਜਿਹੜਾ ਰੇਟ ਆ ਉਹ 1 35 ਆ ਸੋ ਅਸੀਂ ਜਦੋਂ ਟ੍ਰੇਡ ਓਪਨ ਕਰ ਰਹੇ ਹਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ 1 ਲੱਖ ਯੂਰੋ ਦੇ ਨਾਲ ਅਸੀਂ ਉਹਨਾਂ ਨੂੰ 1 ਲੱਖ ਯੂਰੋ ਦਿੱਤਾ ਟੈਚ ਵਿੱਚ ਪਾ ਕੇ ਤੇ ਉਹਨਾਂ ਨੇ ਸਾਨੂੰ 1 ਲੱਖ 35000 ਡਾਲਰ ਦੇ ਰੇਟ ਤੇ ਟੈਚ ਵਿੱਚ ਪਾ ਕੇ ਆ ਲਓ ਤੁਹਾਡੇ ਡਾਲਰ ਸੋ ਅਸੀਂ 1 ਲੱਖ ਯੂਰੋ ਦੇ ਕੇ 135 ਉਹਨਾਂ ਤੋਂ ਡਾਲਰ ਲੈ ਲਏ। ਸੋ ਦਿਸ ਇਜ਼ ਹਾਊ ਟ੍ਰੇਡ ਟੇਕ ਪਲੇਸ। ਪਰ ਕਿਉਂਕਿ ਇਹਨਾਂ 'ਚ ਕੁਝ ਫਿਜ਼ੀਕਲ ਨਹੀਂ ਹੁੰਦਾ, ਇਟਸ 올 ਡਿਜੀਟਲ ਵਰਲਡ। ਸੋ ਇਹਦੇ 'ਚ ਕਈ ਵਾਰ ਬਹੁਤ ਲੱਕੀ ਲੋਕ ਸਾਰੇ ਲੋਕੀ ਕਨਫਿਊਜ਼ ਨੇ ਕਿ ਹਾਊ ਕਮ ਮੈਂ ਇੰਨੇ ਪੈਸੇ ਟ੍ਰੇਡ ਕਰਦਾ। ਪਰ ਐਕਚੁਅਲੀ ਐਵਰੀ ਟਾਈਮ ਤੁਸੀਂ ਟ੍ਰੇਡ ਕਰਦੇ ਆ ਇੱਕ ਲੋਟ, ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਇੱਕ ਲੱਖ ਜਿਹੜਾ ਯੂਰੋ ਆ ਉਹ ਦੇ ਰਹੇ ਆ 134000 ਡਾਲਰ ਲੈਣ ਦੇ ਲਈ। ਇਸ ਕਰਕੇ ਉਹਦਾ ਉਹਨੂੰ ਕਹਿੰਦੇ ਇੱਕ ਲੋਟ ਦੀ ਟ੍ਰੇਡ। ਠੀਕ ਹੈ ਹੁਣ ਇਹਦੇ ਚੋਂ ਤਾਂ ਮਿਨੀ ਲੋਟ ਸੋ ਮਿਨੀ ਲੋਟ ਹੁੰਦਾ ਜਦੋਂ ਆਪਾਂ ਏ ਸਟ੍ਰੇਟ ਦਾ ਸਾਈਜ਼ ਜਿਹੜਾ ਸਮਾਲ ਕਰਕੇ ਉਹਨੂੰ ਕਰ ਦਿੰਦੇ 0.10 ਸੋ ਮਤਲਬ ਇਹਦਾ ਇੱਕ ਲੋਟ ਦਾ 10ਵਾਂ ਹਿੱਸਾ ਸੋ 10ਵਾਂ ਹਿੱਸਾ ਕੀ ਹੋ ਗਿਆ ਹੁਣ ਜਦੋਂ ਵੀ ਆਪਾਂ ਟ੍ਰੇਡ ਸ਼ੁਰੂ ਕਰਨਾ ਹੈ ਯੂਰੋ ਯੂਐਸਡੀ ਦਾ ਆਪਾਂ 0.10 ਸਿਲੈਕਟ ਕੀਤਾ ਸਾਈਜ਼ ਉਹਦਾ ਮਤਲਬ ਇਹ ਹੁੰਦਾ ਕਿ 10000 ਯੂਰੋ ਸੋ ਲੱਖ ਤੋਂ ਸਿੱਧੇ 10000 ਤੇ ਆ ਗਏ ਆ ਆਪਾਂ ਠੀਕ ਹੈ ਸੋ ਮਤਲਬ ਥੋੜੇ ਅਕਾਊਂਟ ਵਾਲੇ ਜਿਹੜੇ ਥੋੜੇ ਡਿਪੋਜ਼ਿਟ ਵਾਲੇ ਲੋਕੀ ਆ ਉਹ ਏ ਸਟ੍ਰੇਟ ਨੂੰ ਕਰ ਸਕਦੇ ਆ ਠੀਕ ਹੈ ਪਰ ਜਦੋਂ ਆਪਾਂ ਮਾਈਕਰੋ ਸਾਈਜ਼ ਤੇ ਆ ਜਾਂਦੇ ਆ 0.01 ਉਹਦਾ ਮਤਲਬ ਇਹ ਹੁੰਦਾ ਕਿ ਸੇਮ ਟ੍ਰੇਡ ਜਿਹੜਾ ਅਸੀਂ 1 ਲੱਖ ਯੂਰੋ ਦਿੰਦੇ ਪੈਸੇ ਹੁਣ ਅਸੀਂ ਏਸੀ ਟ੍ਰੇਡ ਦੇ ਨਾਲ 0.01 ਨਾਲ ਅਸੀਂ ਸਿਰਫ 1000 ਯੂਰੋ ਦੇ ਰਹੇ ਕਿਉਂਕਿ ਸਾਡੇ ਅਕਾਊਂਟ ਦੇ ਵਿੱਚ 20000 ਯੂਰੋ ਪਿਆ ਆ ਅਸੀਂ ਟ੍ਰੇਡ ਕਰ ਸਕਦੇ ਆ ਉਹਦੇ ਵਿੱਚੋਂ ਸਿਰਫ ਅਸੀਂ 1000 ਯੂਰੋ ਦਾ ਹੀ ਟ੍ਰੇਡ ਕਰ ਰਹੇ ਆ ਅਸੀਂ ਜਿਹੜਾ 90000 ਯੂਰੋ ਸੇਵ ਕਰ ਰੱਖ ਰਹੇ ਆ ਠੀਕ ਹੈ ਸੋ ਏਸੇ ਕਰਕੇ ਟਰੇਡ ਦਾ ਸਾਈਜ਼ ਜਿਹੜਾ ਆ ਬਹੁਤ ਇੰਪੋਰਟੈਂਟ ਹੁੰਦਾ ਹੈ ਜੇ ਤੁਹਾਨੂੰ ਕੋ ਤੁਹਾਡੇ ਕੋ 50000 20000 ਯੂਰੋ ਦੀ ਪਾਵਰ ਆ ਤੁਸੀਂ ਆ ਟਰੇਡ ਕਰ ਰਹੇ ਹੋ ਠੀਕ ਹੈ ਸੋ ਤੁਸੀਂ 0.1 ਦੀ ਸੋ ਤੁਸੀਂ 10000 ਯੂਰੋ ਆਲਰੇਡੀ ਕੰਜ਼ਿਊਮ ਕਰਤਾ ਮਤਲਬ ਤੁਹਾਡਾ ਅੱਧਾ ਅਕਾਊਂਟ ਬੈਲੈਂਸ ਗਿਆ ਜਿੰਨੀ ਤੁਹਾਡੇ ਅਕਾਊਂਟ ਦੀ ਪਾਵਰ ਹੈ ਨਾ ਤੁਹਾਡਾ ਅੱਧਾ ਬੈਲੈਂਸ ਗਿਆ ਉਹਦੇ ਚ ਸੋ ਉਹ ਹੁਣ ਰੱਬ ਦੇ ਹਸਾਰੇ ਆ ਕਿ ਤੁਸੀਂ ਸਹੀ ਕੀ ਸੋਚ ਕੇ ਟਰੇਡ ਲਿਆ ਹੈ ਜਦੋਂ ਪ੍ਰੋਫਿਟ ਜਾਂਦਾ ਆ ਵੈਲ ਡਨ ਤੁਹਾਡਾ ਪ੍ਰੋਫਿਟ ਹੈ ਪਰ ਜੇ ਉਹ ਲਾਸਟ ਜਾਂਦਾ ਆ ਤਾਂ ਹੁਣ ਜਿੰਨਾ ਵੀ ਲਾਸ ਹੋਣਾ ਹੈ ਐਟ ਲੀਸਟ ਯੂ ਗੋਣਾ ਲੂਜ਼ ਹਾਫ ਆਫ ਯੂਅਰ ਅਕਾਊਂਟ ਠੀਕ ਹੈ ਕਿਉਂਕਿ ਉਹਦਾ ਸਾਈਜ਼ ਇੰਨਾ ਵੱਡਾ ਆ ਜਿੱਦੋਂ ਜਿੰਨਾ ਛੋਟੇ ਸਾਈਜ਼ ਨਾਲ ਟ੍ਰੇਡ ਕਰੋਗੇ ਉਹਨੇ ਪ੍ਰੋਫਿਟ ਵੀ ਘੱਟ ਹੁੰਦਾ ਲਾਸ ਵੀ ਘੱਟ ਹੁੰਦਾ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਨਵੀਂ ਟ੍ਰੇਡਿੰਗ ਪਹਿਲੀ ਵਾਰ ਟ੍ਰੇਡਿੰਗ ਸ਼ੁਰੂ ਕਰਦੇ ਆ ਹਮੇਸ਼ਾ ਹਮੇਸ਼ਾ ਦੋ ਦੋ ਵਾਰੀ ਚੈੱਕ ਕਰਨਾ ਹੈ ਕੋਈ ਵੀ ਟ੍ਰੇਡ ਓਪਨ ਹੋਣ ਤੋਂ ਪਹਿਲਾਂ ਤੁਹਾਡਾ ਲੋਟ ਸਾਈਜ਼ 0.01 ਤੋਂ ਵੱਡਾ ਨਹੀਂ ਹੋਣਾ ਚਾਹੀਦਾ ਅੰਟਿਲ ਯੂ ਕੈਨ ਡਬਲ ਅਪ ਥੈਟ ਅਕਾਊਂਟ ਜਿੰਨੇ ਤੁਸੀਂ ਡਿਪੋਜ਼ਿਟ ਜੇ 100 ਤੋਂ ਪਾਉਂਡ ਡਾਲਰ ਡਿਪੋਜ਼ਿਟ ਕੀਤਾ ਆ ਜਿੰਨਾ ਜਰ ਉਹ 200 ਨਹੀਂ ਹੋ ਜਾਂਦਾ ਤੁਸੀਂ ਮਾਈਕਰੋ ਸਾਈਜ਼ ਦਾ ਟ੍ਰੇਡ ਜਿਹੜਾ ਆ ਉਹ ਚੇਂਜ ਨਹੀਂ ਕਰਨਾ ਦੈਟਸ ਸਮਥਿੰਗ ਯੂ ਗਾਟ ਟੂ ਕੀਪ ਇਟ ਇਨ ਯੋਰ ਹੈਡ ਆਲ ਦਾ ਟਾਈਮ ਸਲਿਪੇਜ ਇਹ ਵੀ ਇੱਕ ਟਰਮ ਅਸੀਂ ਯੂਜ਼ ਕਰਦੇ ਆ ਟ੍ਰੇਡਿੰਗ ਦੇ ਵਿੱਚ ਸਲਿਪੇਜ ਸਲਿਪੇਜ ਹੁੰਦੀ ਆ ਜਿਹੜੇ ਟਾਈਮ ਦੇ ਉੱਤੇ ਅਸੀਂ ਟ੍ਰੇਡ ਸ਼ੁਰੂ ਕਰਨਾ ਆ ਅਸੀਂ ਬਾਏ ਜਾਂ ਸੈਲ ਆਰਡਰ ਪਲੇਸ ਕੀਤਾ ਆ ਤੇ ਐਕਚੁਅਲੀ ਜਿਹੜੇ ਟਾਈਮ ਦੇ ਉੱਤੇ ਉਹ ਆਰਡਰ ਟ੍ਰਿਗਰ ਹੋਇਆ ਆ ਸੋ ਜੇ ਮੰਨ ਲਓ 1 ਡਾਲਰ 35 40 ਦੇ ਉੱਤੇ ਅਸੀਂ ਡਾਲਰ ਬਾਈ ਟ੍ਰੇਡ ਕੀਤਾ ਪਰ ਉਹ ਟ੍ਰਿਗਰ ਹੋਇਆ 1 ਡਾਲਰ 35 60 ਦੇ ਉੱਤੇ ਮਤਲਬ 20 ਪਿਪਸ ਦਾ ਫਰਕ ਪਾ ਕੇ ਟ੍ਰਿਗਰ ਹੋਇਆ ਮ ਨਾਰਮਲੀ ਇਹ ਜਿਹੜਾ ਆ ਸਲਿਪੇਜ ਬਹੁਤ ਘੱਟ ਹੁੰਦੀ ਆ ਅੱਜਕੱਲ ਪਰ ਸਟਿਲ देयर ਇਜ਼ ਅ ਸਲਿਪੇਜ ਡਸ ਏਕਸਿਸਟ ਜਦੋਂ ਮਾਰਕੀਟ ਬਹੁਤ ਵੋਲਟਾਈਲ ਹੋ ਜਾਂਦੀ ਜਦੋਂ ਮਾਰਕੀਟ ਬਹੁਤ ਤੇਜ਼ੀ ਨਾਲ ਹੌਂਬਦੀ ਆ ਤੁਸੀਂ ਬਾਏ ਆਰਡਰ ਪ੍ਰੈਸ ਕੀਤਾ ਆ ਉਹ ਜਿੱਥੇ ਪ੍ਰੈਸ ਕੀਤਾ ਐਕਚੁਅਲੀ ਉਹ ਤੋਂ ਬਹੁਤ ਉੱਪਰ ਜਾ ਕੇ ਓਪਨ ਹੋਇਆ ਜਾਂ ਤੁਸੀਂ ਪ੍ਰੋਫਿਟ ਲੈਣਾ ਚਾਹਿਆ ਤੁਸੀਂ ਸੇਲ ਕੀਤਾ ਆ ਮਾਰਕੀਟ ਥੱਲੇ ਡ੍ਰੌਪ ਹੋ ਰਹੀ ਆ ਤੇ ਉਹ ਜਦੋਂ ਤੁਸੀਂ ਸੇਲ ਕੀਤਾ ਆ ਉਹ ਮਾਰਕੀਟ ਫੇਰ ਵਾਪਸ ਆ ਗਈ ਤੇ ਕਈ ਵਾਰ ਸਾਡਾ ਜਿਹੜਾ ਪ੍ਰੋਫਿਟ ਹੈ ਉਹ ਕੱਟ ਜਾਂਦਾ ਆ ਸੋ ਇਹਨੂੰ ਕਹਿੰਦੇ ਸਲਿਪੇਜ ਕਿ ਮਤਲਬ ਜਿਹੜਾ ਐਗਜ਼ੈਕਟ ਨੰਬਰ ਤੇ ਤੁਸੀਂ ਬਟਨ ਦੱਬਿਆ ਸੀ ਆਰਡਰ ਜਿਹੜਾ ਆ ਉਹ ਡਿਫਰੈਂਟ ਨੰਬਰ ਤੇ ਜਾ ਕੇ ਟ੍ਰਿਗਰ ਹੋਇਆ ਸੋ ਨਾਰਮਲੀ ਇਹ ਫਰਕ ਜ਼ਿਆਦਾਤਰ ਤਾਂ ਪਿੰਡਾਂ ਦਾ ਜਦੋਂ ਤੁਸੀਂ ট্রেਡਿੰਗ ਕਰਦੇ ਆ ਮਾਰਕੀਟ ਬਹੁਤ ਤੇਜ਼ ਹੁੰਦੀ ਆ ਵੋਲਟਾਈਲ ਹੁੰਦੀ ਜਦੋਂ ਕੋਈ ਈਵੈਂਟ ਚੱਲ ਰਹੇ ਹੁੰਦੇ ਮਾਰਕੀਟ ਦੇ ਵਿੱਚ ਜਾਂ ਤੁਹਾਡਾ ਜਿਹੜਾ ਇੰਟਰਨੈਟ ਆ ਉਹ ਵਧੀਆ ਨਹੀਂ ਹੈਗਾ ਤੁਹਾਡੀ ਕੋਈ ਡਿਵਾਈਸ ਜਿਹੜੀ ਆ ਸਲੋ ਬਹੁਤ ਹੈ ਕਿਉਂਕਿ ਜਦੋਂ ਤੁਸੀਂ ਉੱਤੇ ਕੋਈ ਪ੍ਰੈਸ ਕਰਦੇ ਹੋ ਚੀਜ਼ ਇਟ ਟੇਕਸ ਲੌਂਗਰ ਟੂ ਰਿਐਕਟ ਸੋ ਇਸ ਕਰਕੇ ਹਮੇਸ਼ਾ ਜਦੋਂ ਵੀ ਤੁਸੀਂ ট্রেਡਿੰਗ ਕਰਦੇ ਆ ਤੁਹਾਨੂੰ ਇਹ ਮੇਕ ਸ਼ੂਰ ਕਰਨਾ ਪੈਂਦਾ ਇੱਕ ਪਹਿਲਾ ਜੇ ਤੁਸੀਂ ਨਵੇਂ ਆ ਪਹਿਲਾ ਤੁਸੀਂ ਕਦੀ ਵੀ ਵੋਲੇਟਾਈਲ ਟਾਈਮ ਦੇ ਉੱਤੇ ਟਰੇਡਿੰਗ ਨਹੀਂ ਕਰਦੇ ਮਤਲਬ ਜਦੋਂ 1.5 ਬਜਤਾ ਆ ਜਾਂ 7 ਵਜੇ ਦੇ ਸਵੇਰ ਦੇ ਜਦੋਂ ਮਾਰਕੀਟ ਵੋਲੇਟਾਈਲ ਹੋਣ ਦਾ ਟਾਈਮ ਹੁੰਦਾ ਜਦੋਂ ਬਹੁਤ ਸਾਰੇ ਇਵੈਂਟ ਹੋ ਰਿਹਾ ਹੁੰਦੇ ਆ ਉਹਦੇ ਲਈ ਤੁਹਾਨੂੰ ਇਕਨੋਮਿਕ ਕੈਲੰਡਰ ਦੇਖਣਾ ਪੈਂਦਾ ਤੇ ਜਦੋਂ ਵੀ ਉਹ ਇਵੈਂਟ ਹੋ ਰਿਹਾ ਹੁੰਦੇ ਆ ਉਦੋਂ ਤੁਸੀਂ ਟਰੇਡਿੰਗ ਨਹੀਂ ਕਰਨੀ ਕਿਉਂਕਿ ਮਾਰਕੀਟ ਬਹੁਤ ਤੇਜ਼ੀ ਨਾਲ ਉੱਪਰ ਥੱਲੇ ਜਾਂਦੀ ਹੁੰਦੀ ਹੈ ਤੇ ਤੁਹਾਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਲੌਸ ਲੈ ਕੇ ਪ੍ਰੋਫਿਟ ਲੈ ਕੇਈ ਵਾਰ ਤੁਸੀਂ ਕੋਈ ਟ੍ਰੇਡ ক্লোਜ਼ ਕੀਤਾ ਹੁੰਦਾ ਛੋਟੇ ਜਿਹੇ ਪ੍ਰੋਫਿਟ ਦੇ ਵਿੱਚ ਪਰ ਐਕਚੁਅਲੀ ਜਦ ਤੱਕ ক্লোਜ਼ ਹੋਇਆ ਇਸ ਗੇਵ ਯੂ ਲੌਸ ਸੋ ਇਸ ਜਿਹੜੀ ਸਲਿਪੇਜ ਹੁੰਦੀ ਹੈ ਇਸ ਨੂੰ ਅੰਡਰਸਟੈਂਡ ਕਰਨੀ ਪੈਂਦੀ ਹੈ ਇਸ ਕਰਕੇ ਵਧੀਆ ਕੰਪਿਊਟਰ ਵਧੀਆ ਇੰਟਰਨੈਟ ਕਨੈਕਸ਼ਨ ਹੋਣਾ ਵਧੀਆ ਮੋਬਾਈਲ ਹੋਣਾ ਬਹੁਤ ਜ਼ਰੂਰੀ ਆ ਟ੍ਰੇਡਿੰਗ ਕਰਨ ਦੇ ਲਈ ਅਮ ਦੂਜਾ ਜਿਹੜੀ ਜਨਰਲ ਟਰਮਸ ਯੂਜ਼ ਕਰਦੇ ਆ ਉਹਨੂੰ ਕਹਿੰਦੇ ਆ ਲੌਂਗ ਤੇ ਸ਼ਾਰਟ ਟ੍ਰੇਡਿੰਗ ਜਦੋਂ ਵੀ ਅਸੀਂ ਟ੍ਰੇਡਿੰਗ ਦੇ ਵਿੱਚ ਟ੍ਰੇਡਿੰਗ ਕਰਦੇ ਆ ਲੌਂਗ ਪੋਜੀਸ਼ਨ ਜਿਹੜੀਆਂ ਅਸੀਂ ਕਹਿੰਦੇ ਆ ਅਸੀਂ ਇਸ ਚੀਜ਼ ਨੂੰ ਬਾਏ ਕਰ ਰਹੇ ਆ ਸੋ ਜਦੋਂ ਵੀ ਕਦੇ ਵੀ ਤੁਸੀਂ ਇਹ ਚੀਜ਼ ਪੜ੍ਹੋ ਨਾ ਕਿ ਲੌਂਗ ਆਮ ਤੈ ਆਮ ਗੋਇੰਗ ਲੌਂਗ ਇਨ ਥਿਸ ਟ੍ਰੇਡ ਜਿਦਾ ਯੂਰੋ ਯੂਐਸਟੀ ਆ ਕਿਸੇ ਨੇ ਕਹਤਾ ਆਮ ਗੋਇੰਗ ਲੌਂਗ ਇਨ ਯੂਰੋ ਯੂਐਸਟੀ ਸੋ ਜਦੋਂ ਇਹ ਚੀਜ਼ ਤੁਸੀਂ ਕਦੇ ਲਿਖੀ ਪੜ੍ਹੀ ਆ ਕਿਤੇ ਨਾ ਉਹਦਾ ਮਤਲਬ ਇਹ ਹੁੰਦਾ ਕਿ ਮੈਂ ਯੂਰੋ ਯੂਐਸਟੀ ਨੂੰ ਬਾਏ ਕਰਨ ਜਾ ਰਿਹਾ ਜੇ ਕਿਤੇ ਇਹ ਲਿਖਿਆ ਪੜਿਆ ਕਿ ਮੈਂ ਆਮ ਗੋਇੰਗ ਟੂ ਸ਼ਾਰਟ ਯੂਰੋ ਯੂਐਸਡੀ ਉਹਦਾ ਮਤਲਬ ਇਹ ਆ ਕਿ ਮੈਂ ਯੂਰੋ ਯੂਐਸਡੀ ਨੂੰ ਸੈਲ ਕਰਨ ਜਾ ਰਿਹਾ ਕਿਉਂਕਿ ਤੁਸੀਂ ਸਿਰਫ ਜਾਂ ਬਾਏ ਕਰ ਸਕਦੇ ਆ ਜਾਂ ਸੈਲ ਕਰ ਸਕਦੇ ਆ ਇਹਦੇ ਜ ਸਿਰਫ ਦੋ ਚੀਜ਼ਾਂ ਹੀ ਟੇਕ ਪਲੇਸ ਕਰਦੀਆਂ ਟ੍ਰੇਡਿੰਗ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਬਾਏ ਜਾਂ ਸੈਲ ਪਰ ਸਾਰਿਆਂ ਨੂੰ ਵੱਡੀ ਕਨਫਿਊਜ਼ਨ ਉਹ ਬਾਏ ਸੈਲ ਦੇ ਵਿੱਚ ਇਹ ਆ ਤੁਹਾਡਾ ਟ੍ਰੇਡ ਸਾਈਜ਼ ਠੀਕ ਆ ਟ੍ਰੇਡ ਸਾਈਜ਼ ਤੇ ਉਹਦਾ ਪ੍ਰਾਈਸ ਲੈਵਲ ਤੇ ਉਹਦੀ ਵੋਲੈਟਿਲਿਟੀ ਮਾਰਕੀਟ ਦੀ ਕਿੰਨੀ ਹੈ ਉਹ ਤੁਹਾਨੂੰ ਚੀਜ਼ਾਂ ਹਮੇਸ਼ਾ ਯਾਦ ਰੱਖਣੀ ਚਾਹੀਦੀਆਂ ਸੋ ਸ਼ਾਰਟ ਦਾ ਮਤਲਬ ਹੁੰਦਾ ਜਦੋਂ ਅਸੀਂ ਕੋਈ ਚੀਜ਼ ਸੈਲ ਕਰਨੀ ਆ